ਸੋ ਸਾਰੀ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਸੋ ਸੋਹਣੀ ਪੰਚਾਇਤ ਚੁਣੀ ਹੈ ਭਾਈ ਜਗਦੀਪ ਸਿੰਘ ਜੱਗਾ ਜੋ ਪਿਛਲੇ ਸਮੇਂ ਵੀ ਜਿਨ੍ਹਾਂ ਨੇ ਸਰਪੰਚੀ ਕੀਤੀ ਭਾਵਨਗਰ ਦੀ ਸੇਵਾ ਕੀਤੀ ਅਸਲੀ ਦੇ ਜਿਹੜੇ ਅਹੁਦੇ ਹੈ ਇਹ ਨਗਰ ਦੇ ਵਿੱਚ ਏਕਤਾ ਇਤਫਾਕ ਦੇ ਲਈ ਨਗਰ ਦੀ ਸੇਵਾ ਕਰਨ ਦੇ ਲਈ ਸਰਬੱਤ ਦੇ ਭਲੇ ਦੇ ਲਈ ਗੁਰੂ ਕਿਰਪਾ ਕਰਦਾ ਹੈ। ਪਹਿਲਾਂ ਵੀ ਉਹਨਾਂ ਨੇ 5 ਸਾਲ ਜਿਨ੍ਹਾਂ ਗੁਰਮੁਖਾਂ ਨੇ ਬੜਾ ਵਧਾ ਸਾਰਿਆਂ ਨੇ ਕੀਤਾ ਇਕੱਲੇ ਇਕੱਲੇ ਸੰਗਤ ਦਾ ਜੇ ਨਾਂ ਲਈਏ ਸਾਰਿਆਂ ਦਾ ਨਾਂ ਨਹੀਂ ਲਿਆ ਜਾ ਸਕਦਾ। ਸਾਰਿਆਂ ਨੇ ਜੋ ਪਰਮਾਤਮਾ ਨੂੰ ਭਾਉਂਦਾ ਸੀ ਕਿ ਕਰਮਾਂ ਉੱਪਰ ਨਿਬੜਿਆ ਜੇਲ ਵਿੱਚ ਸਭ ਕੋਈ ਨਿਬੜਦਾ ਤੇ ਕਰਮਾਂ ਦੇ ਲੋਚਦਾ ਤੇ ਹਰ ਕੋਈ ਹਰ ਕਿਆ ਕਰਦਾਰ ਜੋ ਜੋ ਤੇਰਾ ਹੁਕਮ ਦਿਵੇ ਤੇ ਹੋਵਣਾ ਜਹ ਜਹ ਰੱਖੇ ਆਪ ਤਹ ਦਾਈ ਖੜੋਵਣਾ। ਸੱਜੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਜੋ ਸਮਾਂ ਬੀਤਿਆ ਆਪਾਂ ਨੂੰ ਵੀ ਪਤਾ ਆਪਾਂ 5 ਸਾਲ ਇਸ ਨਗਰ ਦੇ ਵਿੱਚ ਰਹੇ ਤੋ ਸਤਿਗੁਰਾਂ ਨੇ ਕਿਰਪਾ ਕੀਤੀ ਇੰਨਾ ਉਤਸ਼ਾਹ ਸੀ ਭਾਵੇਂ ਮਾਈ ਭਾਈ ਵੀਰ ਬਜ਼ੁਰਗ ਬੜਾ ਪਿਆਰ ਸੋ ਭਾਈ ਜਗਦੀਪ ਸਿੰਘ ਉਹਨਾਂ ਨੂੰ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਅੱਜ ਭਾਵੇਂ ਕੋਈ ਕੁਝ ਕਵੇ ਪਰ ਇਹ ਜਿਹੜੀ ਪੰਚਾਇਤ ਚੁਣੀ ਹੈ ਇਹ ਆਪਣੀ ਮਰਜ਼ੀ ਦੇ ਗੋਰਾ ਗੱਡੀ ਵਾਲਾ ਨਹੀਂ ਯਾਰ ਆ ਜਾਓ ਵੀਡੀਓ ਸ਼ੂਟ ਕਰਕੇ ਜੀ ਹੈਂ ਕੀ ਲਾਡੀ ਦਾ ਨੰਬਰ ਸਰਿੰਦਰ ਦਾ ਹਾਂ ਰਾਤ ਨੂੰ ਕਹਿੰਦਾ ਸੀ ਰਾਤ ਨੂੰ ਪੁਲਿਸ ਜੀ ਪੁਲਿਸ ਜਿਹੜਾ ਦੇ ਜਾਓ ਜਾਓ ਜੇ ਕੋਈ ਬਾਹਰ ਹੋਇਆ ਅੰਦਰ ਪੜ ਦਿਓ ਅੰਦਰ ਬਾਈ ਤੋਂ ਖੜਾ ਕੇ ਬਣਾ ਲੈਣੇ ਜੂਮ ਬਹੁਤ ਆ ਕੈਮਰਾ ਬੜਾ ਘੈਂਟ ਆ ਫੋਨ ਦਾ